ਨਾਭਾ ਦੇ ਨਜ਼ਦੀਕੀ ਪਿੰਡ ਕਕਰਾਲਾ ਵਿੱਚ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸੁਰਿੰਦਰਪਾਲ ਸ਼ਰਮਾ ਅਤੇ ਉਹਨਾਂ ਦੀ ਟੀਮ ਵੱਲੋਂ ਬੂਟੇ ਲਗਾਏ ਗਏ। ਗੱਲਬਾਤ ਕਰਦਿਆਂ ਚੇਅਰਮੈਨ ਸੁਰਿੰਦਰਪਾਲ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਾਲਵਾ ਨਹਿਰ ਬਣਨ ਜਾ ਰਹੀ ਹੈ। ਉਹਨਾਂ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਕਿ ਸਾਨੂੰ ਸਹੀ ਮਾਤਰਾ ਵਿੱਚ ਆਕਸੀਜਨ ਮਿਲ ਸਕੇ ਅਤੇ ਵਾਤਾਵਰਨ ਦੂਸ਼ਿਤ ਹੋਣ ਤੋਂ ਬਚ ਸਕੇ। ਇਸ ਮੌਕੇ ਉਹਨਾਂ ਲੈਕਚਰਰ ਮੈਡਮ ਚੰਦਰਕਾਂਤ ਅਤੇ ਰਿਟਾਇਰ ਪ੍ਰਿੰਸੀਪਲ ਰੀਟਾ ਸੂਦ, ਡਾਕਟਰ ਧੀਰ ਅਤੇ ਪਿੰਡ ਵਾਸੀ ਮੌਜੂਦ ਸਨ। ਜਤਿੰਦਰ ਕੁਮਾਰ ਦੀ ਰਿਪੋਰਟ। ਹਾਂਜੀ ਚੇਅਰਮੈਨ ਸਰ, ਨਮਸਕਾਰ ਜੀ। ਨਮਸਕਾਰ ਜੀ। ਅੱਜ ਤਕਰਾਲਾ ਪਿੰਡ ਦੇ ਵਿੱਚ ਪਹੁੰਚੋ ਨਾਭੇ ਨਾਲ ਅਤੇ ਬੂਟੇ ਲਗਾ ਰਹੇ ਹੋ ਗੁਰਦੁਆਰਾ ਸਾਹਿਬ ਦੇ ਵਿੱਚ। ਠੀਕ ਹੈ। ਸਭ ਤੋਂ ਪਹਿਲਾਂ ਸਤਿਕਾਰਯੋਗ ਪੰਜਾਬੀਓ, ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੂਜੀ, ਪਿਛਲੇ ਸਮੇਂ 'ਚੋਂ ਜਿਹੜੀ ਆ ਅਸੀਂ ਮੁਹਿੰਮ ਚੁੜੀ ਆ, ਮੈਂ ਮੇਰੀ ਟੀਮ ਨੇ, ਅਸੀਂ ਜੋ ਪੰਜਾਬ ਦਾ ਵਾਤਾਵਰਨ ਆ, ਪਿਛਲੇ ਸਮੇਂ 'ਚ ਕਾਫੀ ਬੂਟੇ ਜਿਹੜੇ ਰੁੱਖ ਕੱਟੇ ਗਏ, ਕੁਛ ਰਾਜਨੀਤਿਕ ਲੋਕਾਂ ਤੋਂ ਵੀ ਕੱਟੇ ਗਏ, ਪਰ ਜਿਹੜੀ ਸਾਡੀ ਜਿਹੜੀ ਅਕਾਲ ਪੁਰਖ ਵੱਲੋਂ ਡਿਊਟੀ ਲੱਗੀ ਆ ਕਿ ਅਸੀਂ ਕੱਟੇ ਬੂਟਿਆਂ ਦੀ ਥਾਂ ਨਵੇਂ ਬੂਟੇ ਲਾਈਏ ਤਾਂ ਕਿ ਸਾਡਾ ਜਿਹੜਾ ਪੰਜਾਬ ਆ ਉਹ ਰੰਗਲਾ ਪੰਜਾਬ ਬਣੇ, ਹਰਾ ਭਰਿਆ ਪੰਜਾਬ ਬਣੇ, ਔਰ ਸਾਡੇ ਜਿਹੜੇ ਬੱਚੇ ਅਤੇ ਬਜ਼ੁਰਗ ਨੇ ਪ੍ਰਾਪਤ ਮਾਤਰਾ 'ਚ ਆਕਸੀਜਨ ਲੈ ਸਕਣ ਔਰ ਹਰੇ ਭਰੇ ਪੰਜਾਬ ਦਾ ਆਨੰਦ ਮਾਣ ਸਕਣ। ਅਤੇ ਦੂਜੀ, ਸਾਡੇ CM ਸਰਦਾਰ ਭਗਵੰਤ ਸਿੰਘ ਮਾਨ ਦੀ ਵੀ ਇਹ ਸੋਚ ਆ ਕਿ ਪੰਜਾਬ ਨੂੰ, ਉਹ ਪੰਜਾਬ ਜਿਹੜਾ ਪਾਣੀਆਂ ਨਾਲ ਜਾਣਿਆ ਜਾਂਦਾ ਹੈ, ਪੰਜ ਪਾਣੀਆਂ ਨਾਲ, ਅੱਜ ਉਹਦੇ 'ਤੇ ਪੰਜਾਬ ਸਰਕਾਰ ਕੰਮ ਕਰ ਰਹੀ ਆ। ਅੱਜ ਜਿੱਥੇ ਵੀ ਤੁਸੀਂ ਚਾਰੇ ਪਾਸੇ ਜਾਓ, ਤੁਹਾਨੂੰ ਸੂਏ ਪੱਕੇ, ਨਹਿਰਾਂ ਪੱਕੇ, ਔਰ ਇੱਥੋਂ ਤੱਕ ਕਿ ਜਦੋਂ ਸਰਕਾਰ ਆਈ ਸੀ 20% ਪਾਣੀ ਸਾਡਾ ਖੇਤਾਂ ਨੂੰ ਲੱਗਦਾ ਸੀ, ਅੱਜ ਜਿਹੜਾ ਵਧਾਈ ਦੀ ਪਾਤਰ ਆ ਸਰਕਾਰ, 60% ਪਾਣੀ ਜਿਹੜਾ ਸਾਡਾ ਨਹਿਰਾਂ ਦਾ ਉਹ ਖੇਤਾਂ ਵੱਲ ਨੂੰ ਮੁੱਖ ਮੋੜਿਆ। ਉਹਦੇ ਨਾਲ ਜਿਹੜਾ ਅਸੀਂ ਆਸ ਕਰਦੇ ਹਾਂ ਜਿੱਥੇ ਪੰਜਾਬ ਰੰਗਲਾ ਪੰਜਾਬ ਬਣੂਗਾ, ਇੱਕ ਨਵੀਂ ਨਹਿਰ ਦਾ ਵੀ ਨਿਰਮਾਣ ਹੋ ਜਾ ਰਿਹਾ, ਆਜ਼ਾਦੀ ਤੋਂ ਬਾਅਦ ਪਹਿਲੀ ਮਾਲਵਾ ਨਹਿਰ ਬਣੂਗੀ, ਉਹਦੇ ਨਾਲ ਨਾਲ ਜਿਹੜਾ ਸਾਨੂੰ ਜਿਹੜਾ ਪਿਛਲੇ ਸਮੇਂ 'ਚ ਜਿਹੜੀਆਂ ਦਿੱਕਤ ਆ ਰਹੀਆਂ, ਮੀਂਹਾਂ ਦੀ ਜਿਹੜੀ ਆ ਘੱਟ ਗਈ ਆਮਦ, ਮੀਂਹ ਸਾਡੇ ਬਹੁਤ ਘੱਟ ਪੈ ਰਹੇ ਨੇ, ਗਰਮੀ ਦਾ ਪ੍ਰਕੋਪ ਜ਼ਿਆਦਾ ਹੋ ਰਿਹਾ, ਔਰ ਸਾਡੀ ਜਿਹੜੀ ਆਮ ਮਨੁੱਖ ਜ਼ਿੰਦਗੀ ਨੂੰ ਜਿਹੜੀਆਂ ਚੀਜ਼ਾਂ ਸੀ ਉਹਦੇ ਉਲਟ ਜਾ ਰਿਹਾ ਵਾਤਾਵਰਨ, ਔਰ ਅਸੀਂ ਜਿਹੜੇ ਵਾਤਾਵਰਨ ਨੂੰ ਬਚਾਉਣ ਲਈ ਜਿਹੜੇ ਆ ਇਹ ਲਾ ਰਹੇ ਹਾਂ। ਮੈਂ ਪਿਛਲੇ ਸਮੇਂ 'ਚੋਂ ਜਦੋਂ ਕਾਲ ਸੀ 50,000 ਤੋਂ ਪਲੱਸ ਬੂਟੇ ਲਾ ਚੁੱਕੇ, ਪਰ ਮੈਂ ਪਿਛਲੇ 5 ਸਾਲ ਤੋਂ ਗਿਣਤੀ ਕਰਨੀ ਛੱਡਤੀ, ਔਰ ਇਸ ਸਾਲ ਅਸੀਂ 5,000 ਦਾ ਟੀਚਾ ਰੱਖਿਆ ਸੀ, ਪਰ ਮੇਰੇ ਆਹ ਸਾਥੀ ਖੜ੍ਹੇ ਨੇ, ਤੁਹਾਨੂੰ ਵੀ ਬੜੀ ਹੈਰਾਨੀ ਹੋਊਗੀ, ਅਸੀਂ 5,000 ਕਰੋਸ ਕਰ ਚੁੱਕੇ ਹਾਂ ਔਰ 6,000 ਨੂੰ ਵੱਧ ਰਹੇ ਹਾਂ ਜੀ। ਔਰ ਅਤੇ ਤੁਹਾਡੇ ਵੀ ਪਿੰਡ 'ਚ ਅਸੀਂ ਜਿਹੜੇ ਆ ਬੂਟਿਆਂ ਦੀ ਕਦੇ ਕਮੀ ਨਹੀਂ ਆਉਂਦਾ, ਚਾਹੇ ਅਸੀਂ ਮੁੱਲ ਲੈ ਕੇ ਆਈਏ, ਜਿੱਥੇ ਲੈ ਕੇ ਆਈਏ, ਔਰ ਫਲਦਾਰ ਬੂਟੇ ਲਾ ਰਹੇ ਅਸੀਂ ਸਕੂਲਾਂ ਕਾਲਜਾਂ 'ਚ, ਜਾਮਣ ਦਾ ਬੂਟਾ, ਅੰਬ ਦਾ ਬੂਟਾ, ਅਮਰੂਦ ਦਾ ਬੂਟਾ, ਔਰ ਹੋਰ ਵੀ ਜਿਹੜੇ ਵਾਤਾਵਰਨ ਨੂੰ ਸ਼ੁੱਧ ਕਰ ਰਹੇ ਨੇ ਉਹ ਬੂਟੇ ਅਸੀਂ। ਕਕਰਾਲਾ ਪਿੰਡ 'ਚ ਕਿੰਨੇ ਬੂਟੇ ਲਾਏ? ਕਕਰਾਲੇ ਬੂਟੇ ਜੀ ਤਰੀਕੇ ਨਾਲ 100 ਤੋਂ ਪਲੱਸ ਇਹਨਾਂ ਨੂੰ ਆ ਗਿਆ ਜੀ, ਔਰ 70 ਕੁ ਬੂਟੇ ਮੇਰੇ ਪਾਸ ਪਏ ਨੇ ਦਫ਼ਤਰ 'ਚ, ਉਹ ਵੀ ਇਹਨਾਂ ਨੂੰ ਸਵੇਰੇ ਪੁੱਜਦੇ ਹੋਣਗੇ, ਹੋਰ ਜਿੰਨੀ ਇਹਨਾਂ ਦੀ ਉਹ ਮੰਗ ਹੋਊਗੀ, ਡਿਮਾਂਡ ਹੋਊਗੀ, ਉਹਦੇ ਮੁਤਾਬਕ ਕੋਈ ਬੂਟਿਆਂ ਦੀ ਕਮੀ ਨਹੀਂ ਆਉਣੀ, ਬੂਟਿਆਂ ਦੀ ਕਮੀ ਨਹੀਂ ਆਉਣੀ। ਹਾਂਜੀ ਹਾਂਜੀ। ਔਰ ਮੈਂ ਤਾਂ ਇਹੀ ਸਾਰਿਆਂ ਨੂੰ ਕਹਿੰਦਾ ਹੁੰਦਾ ਨਾ, ਇੱਕ ਅਸੀਂ ਬੜੀ ਪੰਜਾਬੀ ਖਾਣ ਬੋਲਦੇ ਹਾਂ, ਕਹਿੰਦੇ ਆ ਨਾ ਧੀਆਂ ਨੂੰ ਬਚਾ ਲਈਏ, ਧੀਆਂ ਨੂੰ ਬਚਾ ਲਈਏ, ਰੁੱਖ ਲਾ ਲਈਏ ਜੇ ਹੱਸਦਾ ਪੰਜਾਬ ਦੇਖਣਾ। ਜਿੱਥੇ ਰੁੱਖ ਹੋਣਗੀਆਂ, ਧੀਆਂ ਹੋਣਗੀਆਂ, ਉਹ ਪੰਜਾਬ ਹੱਸਦਾ ਵੱਸਦਾ ਹੋਊ। ਸਾਡੇ ਗੁਰੂਆਂ ਪੀਰਾਂ ਦੀ ਧਰਤੀ ਆ, ਇਹਨਾਂ ਨੇ ਵੀ ਹਮੇਸ਼ਾ ਸਾਡੇ ਗੁਰੂ ਨਾਨਕ ਦੇਵ ਜੀ ਨੇ ਹਰ ਚੀਜ਼ ਦੀ ਮਹੱਤਤਾ ਨੂੰ ਦੱਸਿਆ, ਠੀਕ ਹੈ ਜੀ, ਪੌਣ ਪਾਣੀ ਦੀ, ਧਰਤੀ ਦੀ, ਹਰ ਨੂੰ ਸਤਿਕਾਰ ਦਿੱਤਾ, ਅਸੀਂ ਉਹਨਾਂ ਦੇ ਪਦ ਚਿੰਨ੍ਹਾਂ 'ਤੇ ਚੱਲਦੇ ਵੇ ਔਰ ਇਹ ਕਦਮ ਜਿਹੜਾ ਅੱਗੇ ਵਧਾਂਗੇ। ਔਰ ਸਾਰੇ ਕਕਰਾਲਾ ਵਾਸੀ ਨਾਲ ਨੇ, ਵਧਾਈ ਦੇ ਪਾਤਰ ਨੇ, ਔਰ ਮੇਰੇ ਖਿਆਲ ਕਕਰਾਲੇ ਨੂੰ ਅਸੀਂ
ਆਕਸੀਜਨ ਦੀ ਫੈਕਟਰੀ ਬਣਾ ਦੇਣੀ ਹੈ। ਧੰਨਵਾਦ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਮਸਕਾਰ ਜੀ, ਹਾਂਜੀ, ਅੱਜ ਅਸੀਂ ਇੱਥੇ ਪਿੰਡ ਕਕਰਾਲੇ ਵਿਖੇ ਬੂਟੇ ਲਾਉਣ ਵਾਸਤੇ ਆਏ ਹਾਂ। ਇਹ ਸਾਡੇ ਚੇਅਰਮੈਨ ਸਾਹਿਬ ਇਹਦੇ ਵਾਸਤੇ ਬਹੁਤ ਅੱਛਾ ਇਨੀਸ਼ੀਏਟਿਵ ਲੈ ਰਹੇ ਨੇ। ਇਹਨਾਂ ਦਾ ਤਾਂ ਦੇਖੋ ਦੇਣ ਨਹੀਂ ਦੇ ਸਕਦੇ ਜਿੰਨੇ ਬੂਟੇ ਇਹ ਲਗਾ ਚੁੱਕੇ ਹੈ। ਮੇਰਾ ਤਾਂ ਆਪਣਾ ਪਿੰਡ ਹੈ, ਮੈਂ ਇੱਥੇ ਜੋਬ ਕੀਤੀ ਹੈ ਹਾਈ ਸਕੂਲ ਦੇ ਵਿੱਚ, ਜਦ ਹਾਈ ਸਕੂਲ ਸੀ ਇਹ, ਫਿਰ ਮੈਂ ਇੱਥੋਂ ਰਿਲੀਵ ਹੋ ਗਈ ਸੀ। ਕਾਫੀ 5-6 ਮਹੀਨੇ ਮੈਂ ਇੱਥੇ ਜੋਬ ਕਰਕੇ ਗਈ ਹਾਂ ਅਤੇ ਬੜਾ ਅੱਛਾ ਪਿੰਡ ਹੈ, ਬੜੀ ਖੁਸ਼ੀ ਹੋਈ ਮੈਨੂੰ ਇੱਥੇ ਆ ਕੇ, ਬਹੁਤ ਅੱਛਾ ਇਨੀਸ਼ੀਏਟਿਵ ਲੱਗਿਆ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਪਰਮਜੀਤ ਸਿੰਘ ਹੈ ਜੀ, ਮੈਂ ਪਿੰਡ ਕਕਰਾਲੇ ਦਾ ਵਸਨੀਕ ਹਾਂ ਜੀ ਅਤੇ ਗੁਰੂ ਘਰ ਦੇ ਪ੍ਰਬੰਧਕ ਕਮੇਟੀ ਦਾ ਮੈਂਬਰ ਹਾਂ ਜੀ ਅਤੇ ਸਾਡੇ ਪਿੰਡ 'ਚ ਚੇਅਰਮੈਨ ਸਾਹਿਬ ਆਏ ਨੇ ਜੀ ਅਤੇ ਬਹੁਤ ਹੀ ਵਧੀਆ ਸ਼ਲਾਘਾਯੋਗ ਉਪਰਾਲਾ ਜੀ ਇਹਨਾਂ ਦਾ, ਜਿਹੜੇ ਸਾਡੇ ਪਿੰਡ ਨੂੰ ਇਹਨਾਂ ਨੇ 100 ਬੂਟਾ ਲਗਾ ਕੇ ਆਪਣੇ ਹੱਥੀਂ ਲਗਾ ਕੇ ਇਹਨਾਂ ਨੇ ਬਹੁਤ ਸੋਹਣਾ ਕੰਮ ਕੀਤਾ ਜੀ। ਇਹ ਸਾਡੀ ਬਾਣੀ ਵੀ ਕਹਿੰਦੀ ਹੈ ਜੀ, ਪਵਨ ਗੁਰੂ ਪਾਣੀ ਪਿਤਾ ਮਾਤਾ ਦਾਤਾ ਦਾ ਤਰਤ ਮਾਤ ਹੈ। ਦੇਖੋ ਜੀ, ਇਹ ਬੂਟੇ ਨਾਲ ਸਾਡੀ ਧਰਤੀ ਸ਼ੁੱਧ ਹੋਣੀ ਆ, ਪਾਣੀ ਸ਼ੁੱਧ ਹੋਣਾ, ਸਾਡੀ ਹਵਾ ਵੀ ਸ਼ੁੱਧ ਹੋਣੀ ਹੈ ਜੀ। ਅਸੀਂ ਇਹਨਾਂ ਦਾ ਸਾਡੇ ਪਿੰਡ ਦੇ ਜਿੰਨੇ ਵੀ ਨਗਰ ਵੱਲੋਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ। ਅਸੀਂ ਆਸ ਕਰਦੇ ਹਾਂ ਅੱਗੇ ਤੋਂ ਸਾਨੂੰ ਜਿਸ ਚੀਜ਼ ਦੀ ਲੋੜ ਪਊਗੀ ਤਾਂ ਸਾਨੂੰ ਜ਼ਰੂਰ ਮਿਲੂਗੀ ਅਤੇ ਅਸੀਂ ਵੀ ਇਹਨਾਂ ਦਾ ਆਪਣੇ ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਦੇਵਾਂਗੇ ਜੀ। ਜਿੱਥੇ ਵੀ ਸਾਡੀ ਲੋੜ ਪਊਗੀ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਜੀ। ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਰ ਨਮਸਕਾਰ ਜੀ। ਨਮਸਕਾਰ ਜੀ। ਬੂਟਾ ਫੜਿਆ ਹੋਇਆ ਜੀ, ਕਾਹਦਾ ਬੂਟਾ? ਇਹ ਬੂਟਾ ਤਾਂ ਸ਼ਾਇਦ ਮੇਰਾ ਕਹਿੰਦਾ ਕਿ ਫਰੂਟ ਦਾ ਬੂਟਾ ਜੀ। ਠੀਕ ਹੈ ਜੀ। ਅਤੇ ਅਸੀਂ ਅੱਜ ਪਿੰਡ ਕਕਰਾਲਾ ਵੇਖ ਕੇ ਸਾਡੇ ਬਹੁਤ ਹੀ ਸਤਿਕਾਰਯੋਗ ਆਮ ਆਦਮੀ ਪਾਰਟੀ ਦੇ ਬੁੱਧੀਜੀਵੀ ਪਿੰਡ ਦੇ ਜਨਰਲ ਸਕੱਤਰ ਪੰਜਾਬ ਦੇ ਪ੍ਰੋਫੈਸਰ ਸੁਰਿੰਦਰਪਾਲ ਸ਼ਰਮਾ ਜੀ, ਜਿਹੜੇ ਕਿ ਇਸ ਟਾਈਮ ਬਤੌਰ ਚੇਅਰਮੈਨ ਇੰਪਰੂਵਮੈਂਟ ਟਰੱਸਟ ਨਾਭਾ ਦੀ ਸੇਵਾ ਨਿਭਾ ਰਹੇ ਨੇ। ਉਹਨਾਂ ਦੀ ਅਗਵਾਈ ਦੇ ਥੱਲੇ ਅਸੀਂ ਕਕਰਾਲਾ ਨਿਵਾਸੀਆਂ ਦੇ ਸਹਿਯੋਗ ਨਾਲ ਜਨ ਸੇਵਾ ਸੁਸਾਇਟੀ ਵੱਲੋਂ ਇੱਕ ਇਹ ਮੁਹਿੰਮ ਜਿਹੜੀ ਲਗਾਤਾਰ ਚੱਲਦੀ ਹੈ, ਅੱਜ ਅਸੀਂ ਕਕਰਾਲਾ ਪਿੰਡ ਸ਼ੁਰੂਆਤ ਕਰ ਰਹੇ ਹਾਂ। ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਔਰ ਸਿਵਲ ਆਪਣਾ ਜਿਹੜਾ ਡਿਸਪੈਂਸਰੀ ਹੈ ਉਹਦੇ ਵਿੱਚ ਤਕਰੀਬਨ ਮੇਰਾ ਖਿਆਲ ਹੈ ਵੀ 300 ਬੂਟਾ ਟੋਟਲ ਲੱਗਣਾ ਅਤੇ ਸਾਨੂੰ ਚੇਅਰਮੈਨ ਸਾਹਿਬ ਨੇ ਵਾਅਦਾ ਕੀਤਾ ਵੀ ਸਾਨੂੰ ਸਾਰੇ ਬੂਟੇ ਇਹ ਮੰਗਵਾ ਕੇ ਦੇਣਗੇ। ਅੱਜ ਸ਼ੁਰੂਆਤ ਕੀਤੀ ਹੈ ਇੱਥੇ ਅਤੇ ਇੱਕ ਦੋ ਦਿਨ 'ਚ ਅਸੀਂ ਡਿਸਪੈਂਸਰੀ ਦੇ ਵਿੱਚ ਵੀ ਸਾਡੇ ਟੋਏ ਪੱਟੇ ਪਏ ਆ, ਸਾਰੇ ਬੂਟੇ ਲਾਵਾਂਗੇ। ਔਰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਲਾਕਾ ਨਿਵਾਸੀ ਵੱਲੋਂ, ਔਰ ਇਸ ਸਮੇਂ ਦੀ ਲੋੜ ਵੀ ਹੈ ਔਰ ਪੰਜਾਬ ਸਰਕਾਰ ਵੀ ਇਹਦੇ ਵਾਸਤੇ ਬਹੁਤ ਵਧੀਆ ਉਪਰਾਲੇ ਕਰ ਰਹੀ ਹੈ। ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ। An excellent coaching point in IELTS and spoken English. Also expert in study and visitor visa. Government approved. SS Group. Session Chowk, Hoshiarpur.